ਭਾਈ ਗੁਰਚਰਨ ਸਿੰਘ ਚੰਨੀ ਚੰਡੀਗੜ੍ਹ ਵਾਲੇ ਸੈਂਟਰੀ ਦਾ ਕੰਮ ਕਰਦੇ ਸੀ, ਉਹ ਨਾਲ ਬੈਠੇ ਸੀ। ਬਾਬਾ ਹਰਬੰਸ ਸਿੰਘ ਜੀ ਗੱਡੀ ਦੀ ਅਗਲੀ ਸੀਟ 'ਤੇ ਬੈਠੇ ਸੀ, ਡਰਾਈਵਰ ਚਲਾ ਰਿਹਾ ਸੀ ਅਤੇ ਮਹਾਂਪੁਰਖ ਜਿਵੇਂ ਆਪ ਕਿਹਾ ਨਾ ਵੀ ਮੈਂ ਮਛਲੀ ਤੇਰੇ ਅੰਦਰ ਹਾਂ ਪਰਮਾਤਮਾ, ਮੇਰੇ ਸਾਰੇ ਪਾਸੇ ਤੂੰ ਹੈ, ਤੂੰ ਮਾਰੇ ਕੋਈ ਰੱਖਣ ਵਾਲਾ ਨਹੀਂ, ਤੂੰ ਰੱਖੇ ਕੋਈ ਮਾਰਨ ਵਾਲਾ ਨਹੀਂ। ਮਹਾਂਪੁਰਖਾਂ ਨੇ ਲੱਭ ਲਿਆ ਹੈ, ਤੂੰ ਵਿਗਾੜੇ ਕੋਈ ਸਵਾਰਨ ਵਾਲਾ ਨਹੀਂ, ਤੂੰ ਸਵਾਰੇ ਕੋਈ ਵਿਗਾੜਨ ਵਾਲਾ ਨਹੀਂ। ਲੱਭ ਲਿਆ ਅਤੇ ਲੱਭ ਕੇ ਆਖਿਆ ਮੈਨੂੰ ਤੇਰਾ ਕੀ ਆ ਮਿੱਠਾ ਲਾ ਕੇ। ਜੇ ਲੱਭ ਲਿਆ ਹੈ ਨਾ ਅਨੰਦਪੁਰ ਛੱਡਿਆ, ਪਰਿਵਾਰ ਖੇਰੂ ਖੇਰੂ ਹੋਇਆ, ਸਭ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, 40 ਕੁ ਸਿੰਘ ਬਚੇ, 40 ਚੋਂ ਇਕੱਲੇ ਗੁਰੂ ਗੋਬਿੰਦ ਸਿੰਘ ਜੀ, ਭਾਈ ਦਇਆ ਸਿੰਘ, ਧਰਮ ਸਿੰਘ ਜੀ, ਮਾਣ ਸਿੰਘ ਜੀ, ਕੁਝ ਸਿੰਘ ਬਚੇ। ਗੁਰੂ ਗੋਬਿੰਦ ਸਿੰਘ ਜੀ ਨੂੰ ਆਣ ਕੇ ਮਿਲੇ, ਸਿੰਘਾਸਨਾਂ 'ਤੇ ਬਹਿਣ ਵਾਲੇ ਹੁਕਮ ਸੇਵਾਦਾਰ ਚੌਰ, ਹਾਥੀ ਚੌਰ ਕਰਦੇ ਸੀ, ਦਰਬਾਰ ਸਜਦਾ ਸੀ, ਪੰਜ ਪਿਆਰੇ ਖੜਦੇ ਸੀ, ਸ਼ਿਕਾਰ ਖੇਡਦੇ ਸੀ, ਜਿੱਧਰ ਜਾਂਦੇ ਫੌਜਾਂ ਨਾਲ ਵਧੀਆ ਤੋਂ ਵਧੀਆ ਘੋੜੇ, ਵਧੀਆ ਤੋਂ ਵਧੀਆ ਸੰਗਤਾਂ ਭੇਟਾਂ ਲੈ ਕੇ ਆ ਰਹੀਆਂ ਸੀ। ਅੱਜ ਬਹੁਤ ਔਖਾ ਸਮਾਂ ਆ ਗਿਆ। ਮਹਾਰਾਜ ਨੇ ਘੋੜੀ ਮੰਗੀ ਸੀ ਆਪਣੇ ਮਸੰਦ ਤੋਂ, ਸਿੱਖ ਤੋਂ, ਵੀ ਸਿੱਖਾ ਸਾਡੇ ਕੋਲ ਚੜ੍ਹਨ ਨੂੰ ਕੁਝ ਨਹੀਂ ਤੇ ਤੂੰ ਬਈ ਸਾਨੂੰ ਆਪਣੀ ਘੋੜੀ ਦੇ ਦੇ, ਅਸੀਂ ਇਕੱਲੇ ਹਾਂ ਹੁਣ। ਕਹਿੰਦਾ ਜੀ ਘੋੜੀ ਤਾਂ ਮੇਰਾ ਜਵਾਈ ਲੈ ਗਿਆ, ਦੂਜੀ ਘੋੜੀ ਹੈਗੀ ਹੈ ਉਹ ਆਪ ਜੀ ਨੂੰ ਪਸੰਦ ਹੈ ਤੇ ਮਹਾਰਾਜ ਲੈ ਲਓ। ਸਤਿਗੁਰ ਕਹਿੰਦੇ ਉਹ ਸਾਡਾ ਨਹੀਂ ਸਹਿਣ ਕਰ ਸਕਦੀ, ਅਸੀਂ ਵਧੀਆ ਘੋੜੀ ਦੀ ਸਵਾਰੀ ਕਰਦੇ ਹਾਂ, ਮਾੜੀ ਦੀ ਨਹੀਂ, ਉਹ ਤਾਂ ਬਹੁਤ ਮਾੜੀ ਜੀ ਹੈ। ਉਹਨੇ ਕਿਹਾ ਮੇਰੀ ਵਧੀਆ ਕੀਮਤੀ ਘੋੜੀ ਲੈ ਗਏ, ਇਹਨਾਂ ਦਾ ਕੀ ਪਤਾ ਕਿੱਧਰ ਲੈ ਗਏ, ਮਗਰ ਦੁਸ਼ਮਣ ਲੱਗੇ ਆ, ਮੇਰੀ ਘੋੜੀ ਜਾਏਗੀ। ਪਹਿਲੇ ਗੁਰੂਆਂ ਤੋਂ ਲੈ ਕੇ ਸਿੱਖ ਹੈ ਮਸੰਦ। ਸਤਿਗੁਰੂ ਕਹਿਣ ਲੱਗੇ ਵੀ ਸਿੱਖਾ ਘੋੜੀ ਤਾਂ ਤੇਰੀ ਘਰੇ ਆ, ਮਹਾਰਾਜ ਮੈਂ ਝੂਠ ਬੋਲ ਕੇ ਕੀ ਲੈਣਾ ਸੀ ਤੁਹਾਡੇ ਤੋਂ, ਮੇਰੇ ਤੁਸੀਂ ਗੁਰੂ ਜੀ, ਘੋੜੀ ਪਿੱਛੇ ਮੈਂ ਝੂਠ ਬੋਲਣਾ, ਨਾਲੇ ਬੋਲੀ ਜਾਵੇ, ਘੋੜੀ ਅੰਦਰ ਬਣ ਲਾਇਆ। ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਰੁਕ ਜਾਂਦੇ ਹਾਂ, ਜਦੋਂ ਤੇਰਾ ਜਵਾਈ ਆਏਗਾ ਉਦੋਂ ਚਲੇ ਜਾਵਾਂਗੇ, ਸਾਨੂੰ ਘੋੜੀ ਦੀ ਬੜੀ ਜ਼ਰੂਰਤ ਹੈ। ਕਹਿੰਦਾ ਮਹਾਰਾਜਾਂ ਦਾ ਪਤਾ ਨਹੀਂ ਉਹ ਇਹੋ ਜਿਹੀ ਆਈਏ, ਅੱਜ ਮੁੜੇ ਕੱਲ੍ਹ ਮੁੜੇ, ਇਹ ਵੀ ਨਹੀਂ ਪਤਾ 5-7 ਦਿਨ ਹੀ ਲਾ ਦੇਵੇ। ਸਤਿਗੁਰੂ ਕਹਿੰਦੇ ਵੀ ਸਿੱਖਾ ਤੂੰ ਗੁਰੂ ਦਾ ਦਿੱਤਾ ਖਾਧਾ ਹੁਣ ਤੱਕ, ਗੁਰੂ ਦੇ ਨਾਂ 'ਤੇ ਕਾਲ ਭੇਟਾ ਵੀ ਤੂੰ ਲੈਂਦਾ ਰਿਹਾ ਸੰਗਤਾਂ ਤੋਂ, ਅੱਜ ਤੂੰ ਘੋੜੀ ਤੋਂ ਸਾਨੂੰ ਜਵਾਬ ਦੇਣਾ ਹੈ ਅਤੇ ਬਈ ਫਿਰ ਤੇਰੀ ਮਰਜ਼ੀ ਹੈ। ਜਵਾਬ ਦੇ ਕੇ ਸਤਿਗੁਰਾਂ ਨੂੰ ਘਰੇ ਗਿਆ, ਸਤਿਗੁਰ ਘੋੜੀ ਤੋਂ ਬਗੈਰ ਹੀ ਤੁਰ ਪਏ। ਆਖੋ ਸੀ ਘੋੜੀ ਨਹੀਂ ਮਿਲੀ, ਨੰਗੇ ਪੈਰੀ ਚੱਲ ਪਏ, ਉਵੇਂ ਤੁਰਿਆ ਵੀ ਨਹੀਂ ਕੋਈ ਨਾਲ। ਆਖੋ ਸੀ ਆਏ ਆਪਣੇ ਸਿੱਖ ਕੋਲ ਵੀ ਸਾਡਾ ਸਹਿਯੋਗ ਕਰੇਗਾ। ਫਿਰ ਉਹ ਜਦੋਂ ਘਰੇ ਗਿਆ, ਵੇਖਿਆ ਮੈਂ ਘੜੀ ਘੋੜੀ ਨੂੰ ਵੇਖਾਂ, ਅੰਦਰ ਬੰਨੀ ਸੀ, ਥੋੜ੍ਹਾ ਜਿਹਾ ਹਨੇਰਾ ਸੀ, ਘੋੜੀ ਨੂੰ ਆਵਾਜ਼ ਦਿੱਤੀ, ਪੁਚਕਾਰਿਆ, ਆਵਾਜ਼ ਨਹੀਂ ਆਈ।
ਸਤਿਗੁਰੂਆਂ ਨੇ ਕਿਹਾ ਸੀ ਵੀ ਸਿੱਖਾ ਤੂੰ ਘੋੜੀ ਤੋਂ ਜਵਾਬ ਦੇਣਾ ਹੈ ਤੇ ਤੂੰ ਗੁਰੂ ਨੂੰ ਦੇ ਰਿਹਾ ਹੈ। ਜਿਹੜੇ ਗੁਰੂ ਨੂੰ ਜਵਾਬ ਦਿੰਦੇ ਆ ਨਾ ਉਹ ਚੀਜ਼ਾਂ ਸੰਸਾਰ 'ਚ ਰਹਿੰਦੀਆਂ ਨਹੀਂ ਤੇ ਤੂੰ ਗੁਰੂ ਨੂੰ ਆਪਣੇ ਨੂੰ ਜਵਾਬ ਦੇ ਰਿਹਾ ਹੈ ਘੋੜੀ ਤੋਂ। ਹੁਣ ਪਤਾ ਨਹੀਂ ਕਿ ਤੈਨੂੰ ਰਹਿਣਾ ਮਿਲੇ ਸੰਸਾਰ 'ਚ ਘੋੜੀ ਨੂੰ ਰਹਿਣਾ ਮਿਲੇ ਕਿ ਨਾ ਮਿਲੇ। ਗਿਆ ਜਾ ਕੇ ਘੋੜੀ ਨੂੰ ਆਵਾਜ਼ ਦਿੱਤੀ, ਘੋੜੀ ਬੋਲੀ ਨਹੀਂ। ਕਿਤੇ ਸੱਪ ਵੜ ਗਿਆ ਤੇ ਸੱਪ ਗੁਰੂ ਸਾਹਿਬ ਨੂੰ ਦਿੱਤਾ ਜਵਾਬ ਤੇ ਉਹ ਜਵਾਬ ਨਾਗ ਬਣ ਕੇ ਆ ਗਿਆ ਘਰ 'ਚ। ਘੋੜੀ ਨੂੰ ਲੜਿਆ ਤੇ ਘੋੜੀ ਤਾਂ ਮਰੀ ਪਈ ਸੀ। ਇਹਨੇ ਘੋੜੀ ਨੂੰ ਪੁਚਕਾਰਿਆ ਨਹੀਂ ਆਵਾਜ਼, ਘੋੜੀ ਨਹੀਂ ਹਿੱਲੀ। ਕੋਲ ਹੋ ਕੇ ਹੱਥ ਮਾਰ ਕੇ ਹਿਲਾਉਣ ਲੱਗਾ ਵੀ ਉੱਠ, ਤੇ ਨਾਗ ਉੱਥੇ ਬੈਠਾ ਸੀ, ਉਹਨੇ ਮਾਰਿਆ ਚੱਲ ਮਨਮੁਖਾ, ਗੁਰੂ ਨੂੰ ਜਵਾਬ ਦੇਣ ਵਾਲਿਆ ਧਰਤੀ ਤੇਰਾ ਭਾਰ ਨਹੀਂ ਚੱਕਦੀ, ਕਿਰਤ ਘੜਾ ਨਾਲ ਤੂੰ ਵੀ ਚੱਲ। ਆਖੋ ਸੀ ਘੋੜੀ ਵੀ ਮਰ ਗਈ ਤੇ ਆਪ ਵੀ ਮੋਇਆ ਬੇਮੁੱਖ ਹੋ ਕੇ। ਸਾਰੀਆਂ ਦਾਤਾਂ ਗੁਰੂ ਦੀਆਂ, ਘੋੜੀਆਂ ਗੁਰੂ ਦੀਆਂ, ਮਹਿਲ ਗੁਰੂ ਦੇ, ਉਹ ਜਾਣ ਗੁਰੂ ਦੀ। ਉਹ ਵੀ ਸਿੱਖ ਸੀ ਜਿਹੜੇ ਜਾਣਾ ਪੈ ਵਾਰਦੇ ਸੀ। ਅੱਜ ਤੁਹਾਡੇ ਮਗਰ ਤੁਰਕ ਲੱਗੇ ਆ ਤੁਹਾਡੀ, ਜੇ ਘੋੜੀ ਮੇਰੀ ਦਾ ਪਤਾ ਲੱਗ ਗਿਆ ਤੁਹਾਨੂੰ ਦਿੱਤੀ, ਮੈਨੂੰ ਤੁਰਕ ਨਹੀਂ ਛੱਡਣਗੇ। ਸਤਿਗੁਰੂ ਕਹਿਣ ਲੱਗੇ ਜਿਹੜੇ ਮੌਤੋਂ ਭੱਜਦੇ ਆ ਨਾ ਗੁਰੂ ਪਿੱਛੇ, ਜਾਨਾਂ ਬਚਾਉਂਦੇ ਆ, ਬਚਦੀਆਂ ਨਹੀਂ। ਸਤਿਗੁਰੂ ਫਿਰ ਵੈਰਾਗ ਵਿੱਚ ਹੋ ਗਏ। ਕਿਸੇ ਨੇ ਝੱਲਿਆ ਨਹੀਂ ਘਰ ਰੱਖਣ ਲਈ, ਤੇ ਜਾ ਦਰਖਤ ਦੇ ਥੱਲੇ ਨਿਰੰਕਾਰ ਦੇ ਚਰਨਾਂ ਨਾਲ ਜੁੜ ਕੇ ਡੇਰਾ ਲਾ ਕੇ, ਤੇ ਫਿਰ ਕਹਿਣ ਲੱਗੇ ਮਿੱਤਰ ਪਿਆਰੇ ਨੂੰ ਹਰ ਮਰੀਦਾਂ ਦਾ ਕਹਿਣਾ, ਅੱਜ ਕੋਈ ਸੰਗੀ, ਕੋਈ ਤਖਤ ਨਹੀਂ, ਕੋਈ ਆਨੰਦਪੁਰ ਨਹੀਂ, ਕੋਈ ਸਿੰਘ ਨਹੀਂ, ਪੈਰਾਂ ਵਿੱਚ ਜੁੱਤੀ ਤੱਕ ਨਹੀਂ ਮਿਲੀ ਚੜ੍ਹਨ ਵਾਸਤੇ, ਘੋੜੀ ਤੋਂ ਵੀ ਜਵਾਬ ਹੈ। ਸਤਿਗੁਰੂ ਕਹਿੰਦੇ ਆ ਤੇਰੀ ਇਹ ਮੌਜ ਮੈਨੂੰ ਪਿਆਰੀ ਲੱਗੀ। ਆਖੋ ਸੀ ਇਹ ਵੀ ਜਿਹੜੇ ਤੂੰ ਦਿਨ ਦਿਖਾਇਆ ਨਾ, ਇਹ ਵੀ ਮੈਂ ਤੇਥੋਂ ਕੁਰਬਾਨ ਜਾਂਦਾ, ਇਹ ਵੀ ਵੇਖਣ ਨੂੰ ਮਿਲਣੇ ਚਾਹੀਦੇ ਨੇ। ਆਖੋ ਸੀ ਇਹ ਵੀ ਵੇਖਣ ਨੂੰ ਮਿਲਣੇ ਚਾਹੀਦੇ ਆ। ਮੌਜਾਂ ਤਾਂ ਲੈਂਦੇ ਹਾਂ, ਆ ਵੀ ਸਮੇਂ ਦੇਖਣੇ ਮਿਲ ਜਾਣ ਤੇ ਸਿੱਖਿਆ ਆ ਜਾਂਦੀ ਹੈ ਕਿ ਸਾਡਾ ਪਰਮਾਤਮਾ ਕੀ ਹੈ ਤੇ ਦੁਨੀਆ ਕੀ ਹੈ, ਜਿਹਦੇ ਤੇ ਆਸਾਂ ਉਮੀਦਾਂ ਕਰਦੇ ਹਾਂ ਇਹ ਕੌਣ ਨੇ। ਤੇਰੇ ਤੋਂ ਬਗੈਰ ਦੁੱਖੇ, ਜੇ ਤੂੰ ਮੂੰਹ ਫਿਰੇ ਫਿਰ ਤੰਗੀ, ਤੇਰੇ ਤੋਂ ਬਗੈਰ ਮੇਰਾ ਹਾਲ ਮਾੜਾ ਹੈ, ਬਾਕੀ ਮੈਨੂੰ ਨਹੀਂ ਕੋਈ ਵੀ, ਮੈਂ ਬੜਾ ਖੁਸ਼ ਹਾਂ। ਤੇਰੀ ਰਜਾ ਵੇਖ ਵੇਖ ਕੇ ਮੈਂ ਖੁਸ਼ ਹਾਂ, ਤੂੰ ਜੋ ਕਰ ਰਿਹਾ ਜੋ ਸਿਰਜ ਰਿਹਾ ਇਹ ਵੱਡੇ ਵੱਡੇ ਪਕੰਬਲ ਨਹੀਂ ਸਿਰਜ ਸਕੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੋ ਕਾਲ ਪੁਰਖ ਤੂੰ ਕਰ ਰਿਹਾ ਹੈ ਇਹ ਵੱਡੇ ਵੱਡੇ ਨਹੀਂ ਕਰ ਸਕੇ। ਹੁਣ ਐਸੇ ਭਾਣੇ ਕਿੰਨੇ ਮੰਨੇ ਆ। ਵਸ਼ਿਸ਼ਠ ਵੀ ਨਦੀ 'ਚ ਡੁੱਬ ਕੇ ਮਰ ਗਿਆ ਸੀ, ਜਦੋਂ ਪੁੱਤਰ ਮਰੇ ਜੀ ਕੇ ਕੀ ਲੈਣਾ। ਰਾਮ ਜੀ ਬਣਵਾਸ ਗਏ ਜੇ ਮੁੜ ਆਉਣਾ ਸੀ, ਉਹ ਵੀ ਕੋਠੇ ਤੋਂ ਡਿੱਗ ਕੇ ਮਰ ਗਿਆ ਸੀ। ਤੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਸ਼ਹੀਦ ਹੋਏ, ਮਰੇ ਨਹੀਂ ਜੀਣਾ ਸਿਖਾ ਗਏ। ਆਖੋ ਸੀ ਮਰੇ ਨਹੀਂ, ਸਾਨੂੰ ਜੀਣਾ ਸਿਖਾ ਗਏ, ਸਾਨੂੰ ਜੀਣਾ ਕਿ ਜੀਣਾ ਕਿਵੇਂ ਆ ਸੰਸਾਰ 'ਚ ਇਹਨਾਂ ਚੀਜ਼ਾਂ ਨਾਲ। ਕੋਈ ਵੀ ਨਾ ਰਹੇ, ਮੇਰਾ ਪਰਮਾਤਮਾ ਤਾਂ ਨਾਲ ਮੇਰੇ, ਕੋਈ ਦੇਵੇ ਨਾ ਜੁੱਤੀ ਪਾਉਣ ਨੂੰ, ਜਾਮਾ ਬਸਤਰ ਵੀ ਨਾ ਦਿੱਤੇ। ਸਿੱਖ ਜਿਹੜਾ ਬਣਾ ਬਣਾ ਕੇ ਪੁਸ਼ਾਕਾਂ ਲਿਜਾਂਦਾ ਸੀ, ਅੱਜ ਗੁਰੂ ਸਾਹਿਬ ਦੇ ਕੰਡਿਆਂ 'ਚ ਫਟੇ ਹੋਏ ਬਸਤਰ ਵੇਖ ਕੇ ਵੀ ਨਹੀਂ ਸਰਿਆ ਕਿ ਮੈਂ ਪੁਸ਼ਾਕ ਮਹਾਰਾਜ ਤੁਸੀਂ ਵਧੀਆ ਪਾ ਲਓ।
ਆ ਤੁਹਾਡੇ ਪੈਰਾਂ 'ਚ ਜੋੜਾ ਨਹੀਂ, ਘੋੜੀ ਤੋਂ ਹੀ ਛੁਪਦਾ ਡਰਦਾ ਮਾਰਾ ਚਲਾ ਗਿਆ, ਘੋੜੀ ਨਾ ਦਿੱਤੀ ਸਤਿਗੁਰਾਂ ਨੂੰ। ਹਾਲ ਮਰੀਦਾਂ ਦਾ ਕਹਿਣਾ, ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ 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 ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਤੂੰ ਬਿਨ ਰੋਗ ਰਜਾਈਆਂ ਤੂੰ ਦਰਿਆਓ। ਭਾਵ ਕਿ ਇੱਥੇ ਇਹ ਨਹੀਂ ਕਿ ਮੈਨੂੰ ਜੁੱਤੀ ਨਹੀਂ ਮਿਲੀ, ਕੱਪੜਾ ਨਹੀਂ ਮਿਲਿਆ, ਰੋਟੀ ਨਹੀਂ ਮਿਲੀ, ਘਰ ਨਹੀਂ ਮਿਲੀ, ਚੜ੍ਹਵੂ ਸਵਾਰੀ ਨਹੀਂ ਮਿਲੀ, ਰੱਬ ਹੀ ਨਹੀਂ ਹੈਗਾ। ਗਲਤੀ ਨਾ ਕਰ ਲਈ, ਰੱਬ ਤਾਂ ਇੱਥੇ ਵੀ ਬੜਾ ਤੇਰੇ ਨੇੜੇ ਆ, ਤੂੰ ਰੱਬ ਦੇ ਵਿੱਚ। ਮੱਛੀ ਤਾਂ ਪਾਣੀ ਤੋਂ ਬਾਹਰ ਗਈ ਵਰ ਜਾਵੇਗੀ, ਤੂੰ ਰੱਬ ਦੇ ਵਿੱਚ ਹੀ ਜੀਣਾ ਹੈ, ਮੱਛੀ ਵਾਂਗੂ ਰੱਬ ਦੇ ਵਿੱਚ ਹੀ ਜੀਣਾ ਹੈ, ਇਹਦਾ ਆਨੰਦ ਲਏ। ਮੇਰੇ ਸੱਜੇ ਖੱਬੇ ਉੱਪਰ ਥੱਲੇ ਸਭ ਪਾਸੇ ਤੂੰ ਹੀ ਤੂੰ ਹੀ। ਮਿੱਤਰ ਪਿਆਰੇ ਨੂੰ ਕਿਹਦੇ ਨਾਲ ਗੱਲ ਕੀਤੀ? ਅੱਜ ਰੱਬ ਨਹੀਂ ਹੈਗਾ, ਅੱਜ ਆਹ ਦਿਨ ਆ ਗਏ ਨੇ, ਦੋ ਬੱਚੇ ਤੇ ਮਾਤਾ ਸੂਬੇ ਸਰਹੰਦ ਦੀ ਕੈਦ ਵਿੱਚ ਦੋ ਸ਼ਹੀਦ ਹੋ ਗਏ ਨੇ, ਸਿੰਘ ਵੀ ਸੀ, ਤਿੰਨ ਪਿਆਰੇ ਵੀ ਸ਼ਹੀਦ ਹੋ ਗਏ, ਦੋ ਪਿਆਰੇ ਨੇ ਸਾਰੇ ਇੱਧਰ ਉੱਧਰ ਕੋਈ ਪਤਾ ਹੀ ਨਹੀਂ, ਤੇ ਗੁਰੂ ਗੋਬਿੰਦ ਸਿੰਘ ਜੀ ਇਕੱਲੇ। ਆਖੋ ਸ੍ਰੀ ਇਹ ਸਾਨੂੰ ਸਿਖਾਇਆ ਏ, ਸਮਝੀ ਨਾ ਸਿੱਖਾ ਕਿ ਮੇਰੇ ਸਭ ਛੱਡ ਗਏ, ਮੈਂ ਇਕੱਲਾ ਰਹਿ ਗਿਆ, ਤੇਰੇ ਨਾਲ ਪਰਮਾਤਮਾ ਏ। ਤੇ ਸਾਰਾ ਕੁਝ ਆ ਜਾਵੇਗਾ, ਆਈਆਂ ਫੌਜਾਂ ਵੀ ਆਈਆਂ, ਆਏ ਗੁਰੂ ਸਾਹਿਬ, ਫਿਰ ਸਿੱਖਾਂ ਦੇ ਵਿੱਚ ਸੰਗਤਾਂ 'ਚ ਵਿਛਰੇ ਵੀ, ਬੜਿਆਂ ਨੂੰ ਤਾਰਿਆ, ਉਸ ਤੋਂ ਬਾਅਦ ਹਜ਼ੂਰ ਸਾਹਿਬ ਤੱਕ ਤਾਰਿਆ, ਬਾਦਸ਼ਾਹ ਵੀ ਸ਼ਰਨ ਆਏ, ਬਹਾਦਰ ਸ਼ਾਹ ਵੀ, ਜਿਹੜੇ ਵੈਰ ਕਰ ਰਹੇ ਸੀ ਉਹ ਵੀ ਪੈਰੀ ਡਿੱਗੇ ਆਣ ਕੇ। ਜਦੋਂ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਤ ਦਵਾਈ ਨਾ, ਰਾਜ ਦਵਾਇਆ, ਕਹਿਣ ਲੱਗਾ ਵੀ ਮਹਾਰਾਜ ਮੈਂ ਬੜਾ ਪ੍ਰਸੰਨ ਹਾਂ, ਅੱਜ ਮੇਰੇ ਤੋਂ ਕੋਈ ਲਵੋ ਤੁਸੀਂ, ਕੋਈ ਹੁਕਮ ਕਰੋ। ਗੁਰੂ ਸਾਹਿਬ ਕਹਿੰਦੇ ਵੀ ਹੁਕਮ ਕਰਾਂਗੇ ਜ਼ਰੂਰ ਬਾਦਸ਼ਾਹ, ਸਾਨੂੰ ਲਿਖਤੀ ਰੂਪ 'ਚ ਦੇ, ਤੁਹਾਡੇ ਬਾਦਸ਼ਾਹ ਦੇ ਇਤਵਾਰ ਨਹੀਂ ਕੀਤੇ ਜਾਂਦੇ। ਇਹ ਲੋੜ ਵੇਲੇ ਤਾਂ ਬੜੇ ਮਾਣ ਦਿੰਦੇ ਆ, ਪਿੱਛੋਂ ਇਹ ਭੁੱਲ ਜਾਂਦੇ ਆ। ਰਾਜਿਆਂ ਮਹਾਰਾਜਿਆਂ ਦੇ ਯਕੀਨ ਨਹੀਂ, ਸਾਨੂੰ ਲਿਖਤੀ ਰੂਪ ਦੇ ਕਿ ਇੱਕ ਕੰਮ ਮੈਂ ਤੁਹਾਡਾ ਕਰਾਂਗਾ, ਜਿਹੜਾ ਮਰਜ਼ੀ ਕਰਾ ਲੈ। ਗੁਰੂ ਸਾਹਿਬ ਨੇ ਕਾਗਜ਼ 'ਤੇ ਲਿਖਵਾਇਆ, ਬਹਾਦਰ ਸ਼ਾਹ ਨੇ ਲਿਖ ਕੇ ਦਿੱਤਾ। ਜਦੋਂ ਤੀਰ ਗੁਰੂ ਗੋਬਿੰਦ ਸਿੰਘ ਦੇ ਨਾਲ ਆਜ਼ਮ ਸ਼ਾਹ ਮਰਿਆ, ਰਾਜ ਮਿਲਿਆ ਬਹਾਦਰ ਸ਼ਾਹ ਨੂੰ, ਉਮੀਦ ਨਹੀਂ ਸੀ, ਫੌਜਾਂ ਥੋੜ੍ਹੀਆਂ ਸੀ, ਉਹਦੇ ਕੋਲ ਬਹੁਤੀਆਂ ਸੀ, ਅਸਲਾ ਉਹਦੇ ਕੋਲ ਜ਼ਿਆਦਾ ਸੀ, ਪਰ ਗੁਰੂ ਗੋਬਿੰਦ ਸਿੰਘ ਨੇ ਜਿੱਤ ਦਵਾਈ। ਕਹਿੰਦਾ ਮਹਾਰਾਜ ਕੋਈ ਸੇਵਾ, ਅੱਜ ਮੇਰੀ ਮੌਤ
ਦੇ ਘਾਟ ਮੈਂ ਉਤਰਨਾ ਸੀ, ਰਾਜ ਭਾਗ ਜਾਣੇ ਸੀ, ਤੁਸੀਂ